ਮਿਠਾਈ ਖਾਣ ਪੀਣ ਦੇ ਸ਼ੌਕੀਨ ਹੋ ਜੀ, ਫਿਰ ਤੁਹਾਨੂੰ ਆ ਜਾਣਾ ਚਾਹੀਦਾ ਹੈ ਮੋਰਿੰਡਾ ਦੇ ਸ਼ੂਗਰ ਮਿਲ ਦੇ ਕੋਲ ਜੀ, ਖਰੜ ਵਾਲਿਆਂ ਦੀ ਚੰਡੀਗੜ੍ਹ ਸਵੀਟ 'ਤੇ। ਜੀ ਹਾਂ, ਬਹੁਤ ਸਾਰੀਆਂ ਸਵੀਟਸ ਇੱਥੇ ਤੁਹਾਨੂੰ ਅਵੇਲੇਬਲ ਕਰਵਾਈਆਂ ਗਏ ਨੇ। ਇਸ ਤੋਂ ਇਲਾਵਾ ਜੀ ਫਾਸਟ ਫੂਡ ਵੀ ਇਹਨਾਂ ਦੇ ਕੋਲ ਬਹੁਤ ਸਾਰਾ। ਫਾਸਟ ਫੂਡ ਦੇ ਵਿੱਚ ਕੀ ਹੈ ਅਤੇ ਸਵੀਟਸ ਦੇ ਵਿੱਚ ਕੀ ਹੈ, ਕੁਆਲਿਟੀ ਕਿਹੋ ਜਿਹੀ ਹੈ, ਬਹੁਤ ਕੁਸ਼ਚਨ ਆ ਰਹੇ ਨਾ ਮਾਇੰਡ ਦੇ ਵਿੱਚ, ਆਓ ਕਲੀਅਰ ਕਰਦੇ ਹਾਂ। ਸੋਚਦੀ ਸੀ ਇਹਨਾਂ ਨੇ ਆਪਣੇ ਆਪ ਨੂੰ ਜੀ ਦੋ ਸੈਕਸ਼ਨ ਦੇ ਵਿੱਚ ਡਿਵਾਈਡ ਕੀਤਾ ਹੋਇਆ, ਇੱਕ ਸਵੀਟਸ ਹੋ ਗਿਆ ਅਤੇ ਦੂਸਰਾ ਹੋ ਗਿਆ ਫਾਸਟ ਫੂਡ, ਬਟ ਬਿਲਕੁਲ ਨਹੀਂ ਜੀ, ਇਹਨਾਂ ਨੇ ਆਪਣੇ ਆਪ ਨੂੰ ਤਿੰਨ ਸੈਕਸ਼ਨ ਦੇ ਵਿੱਚ ਡਿਵਾਈਡ ਕੀਤਾ ਹੋਇਆ। ਪਹਿਲਾਂ ਤੁਸੀਂ ਸਵੀਟਸ ਦੇਖ ਸਕਦੇ ਹੋ ਕਿ ਡਿਫਰੈਂਟ ਕਾਈਂਡ ਆਫ ਸਵੀਟਸ ਤੁਹਾਡੇ ਲਈ ਅਵੇਲੇਬਲ ਕਰਵਾਈਆਂ ਗਈਆਂ ਨੇ, ਚਾਹੇ ਬਰਫੀ ਹੋਵੇ, ਪੇੜਾ ਹੋਵੇ, ਲੱਡੂ ਹੋਵੇ, ਗੁਲਾਬ ਜਾਮੁਨ ਹੋਵੇ, ਕੋਈ ਵੀ ਚੀਜ਼ ਹੋਵੇ। ਉਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਜੀ, ਬੇਕਰੀ ਆਈਟਮਸ ਦੇ ਵਿੱਚ ਤੁਸੀਂ ਬਿਸਕੁਟ, ਨਮਕੀ, ਇਵਨ ਕਿ ਹੋਰ ਬਹੁਤ ਕੁਛ ਲੈ ਸਕਦੇ ਹੋ। ਜੇਕਰ ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਕੋਈ ਜੀ ਪਾਰਟੀ ਵਗੈਰਾ ਰੱਖੀ ਹੈ, ਇੱਦਾਂ ਦਾ ਸਮਾਨ ਲੈਣ ਲਈ ਸੋਚ ਰਹੇ ਹੋ ਜਿਹੜਾ ਕਿ ਇੱਕੋ ਰੂਫ ਥੱਲੇ ਮਿਲ ਜਾਵੇ, ਜਿਸ ਦੇ ਵਿੱਚ ਮਿਠਾਈ ਵੀ ਆ ਜਾਣ, ਪੇਸਟਰੀ ਵਗੈਰਾ ਵੀ ਆ ਜਾਣ, ਕੇਕ ਵੀ ਆ ਜਾਣ, ਇੱਥੇ ਤੁਹਾਨੂੰ ਆਈਸਕ੍ਰੀਮ ਪਾਰਲਰ ਵੀ ਅਵੇਲੇਬਲ ਕਰਵਾ ਕੇ ਦਿੱਤਾ ਗਿਆ। ਡਿਫਰੈਂਟ ਕਾਈਂਡਸ ਦੀਆਂ ਅੱਛੀ ਅੱਛੀ ਵਰਾਈਟੀਜ਼ ਦੀਆਂ ਜਿਹੜੀਆਂ ਕਿ ਆਈਸਕ੍ਰੀਮਸ ਨੇ ਇਹਨਾਂ ਨੇ ਆਪਣੇ ਸਟਾਕ ਦੇ ਵਿੱਚ ਰੱਖੀਆਂ ਹੋਈਆਂ ਨੇ। ਉਸ ਤੋਂ ਇਲਾਵਾ ਉਹ ਥਰਡ ਸੈਕਸ਼ਨ ਦੀ ਗੱਲ ਕਰ ਰਹੀ ਹਾਂ ਜੀ, ਫਾਸਟ ਫੂਡ ਦਾ ਸੈਕਸ਼ਨ, ਜਿਸ ਦੇ ਵਿੱਚ ਸਮੋਸਾ, ਮਨਚੂਰੀਅਨ, ਚੀਜ਼ ਚਿੱਲੀ, ਡੋਸਾ, ਈਵਨ ਕਿ ਹੋਰ ਬਹੁਤ ਸਾਰੀਆਂ ਚਾਈਨੀਜ਼ ਆਈਟਮ ਦੇ ਨਾਲ ਸਾਊਥ ਇੰਡੀਅਨ ਡਿਸ਼ਸ ਵੀ ਅਵੇਲੇਬਲ ਕਰਵਾਈਆਂ ਗਈਆਂ ਨੇ ਖਾਸ ਤੇ ਖਾਸ ਤੁਹਾਡੇ ਲਈ। ਲਓ ਜੀ, ਇੱਥੇ ਮੈਂ ਤੁਹਾਡੇ ਜੇਬ ਦਾ ਵੀ ਖਿਆਲ ਰੱਖ ਲਿਆ, ਬਿਲਕੁਲ ਜੀ, ਰੇਟ ਵੀ ਚੈੱਕ ਕਰ ਲਿਆ, ਹਰੇਕ ਰੇਟ ਬਹੁਤ ਹੀ ਜ਼ਿਆਦਾ ਜੈਨੂਅਨ ਹੈ, ਮੈਨੂਫੈਕਚਰਿੰਗ ਇਹਨਾਂ ਦੀ ਖੁਦ ਹੀ ਹੈ, ਚਾਹੇ ਕੋਈ ਵੀ ਚੀਜ਼ ਹੋਵੇ ਜੀ ਇਹਨਾਂ ਵੱਲੋਂ ਖੁਦ ਬਣਾਈ ਗਈ ਹੈ, ਔਰ ਖਾਸ ਕਰਕੇ ਇਹਨਾਂ ਨੇ ਕੁਆਲਿਟੀ ਦਾ ਖਾਸਮ ਖਾਸ ਧਿਆਨ ਰੱਖਿਆ ਹੋਇਆ ਜੀ। ਲੈ ਜੁੜਦੇ ਹਾਂ ਜੀ ਕਪਲ ਦੇ ਨਾਲ, ਗੱਲਬਾਤ ਕਰਦੇ ਹਾਂ ਜੀ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮੈਡਮ। ਸਭ ਤੋਂ ਪਹਿਲਾਂ ਅੰਕਲ ਜੀ ਇਹ ਦੱਸੋ ਕਿ ਅੱਜ ਤੁਸੀਂ ਕੀ ਲੈਣਾ ਹੈ? ਅਸੀਂ ਇੱਥੇ ਲੱਡੂ ਲੈਣਾ ਹੈ, ਅਸੀਂ ਬਾਹਰੋਂ, ਅਸੀਂ ਪਹਿਲੀ ਵਾਰੀ ਅਸੀਂ ਇਸ ਦੁਕਾਨ ਤੇ ਆਏ ਹਾਂ। ਕਿਸੇ ਦੇ ਦੱਸਣ ਤੇ ਆਏ ਹੋ ਜਾਂ ਫਿਰ ਅੱਛੀ ਲੱਗੀ? ਨਹੀਂ, ਅਸੀਂ ਬਾਹਰੋਂ ਵੈਸੇ ਸੁਣਿਆ ਪਹਿਲਾਂ ਹੈਗਾ ਸੀ। ਅੱਛਾ ਜੀ। ਇੱਕ ਦੁਕਾਨ ਖੁੱਲੀ ਹੈ ਯਹਾਂ। ਹਾਂਜੀ। ਚਲੋ ਇੱਧਰ ਅੱਗੇ ਜਾਣਾ, ਰੁਪੜ ਵੱਲ ਜਾਣਾ ਸੀ, ਸੋ ਯਹਾਂ ਸੇ ਲੈ ਕੇ। ਤੁਸੀਂ ਦੇਖ ਸਕਦੇ ਹੋ ਕਿ ਹਰੇਕ ਤਰ੍ਹਾਂ ਦੇ ਗੁਲਾਬ ਜਾਮਣ, ਰਸਗੁੱਲੇ, ਲੱਡੂ ਮਿਲ ਸਕਦੇ ਆ ਜੀ, ਬਰਫੀ, ਜੇ ਤੁਸੀਂ ਪੇੜੇ ਦੇ ਸ਼ੌਕੀਨ ਹੋ, ਕਈ ਤਰ੍ਹਾਂ ਦੇ ਪੇੜੇ ਵੀ ਇੱਥੇ ਤੁਹਾਨੂੰ ਇੰਟਰੋਡਿਊਸ ਕਰਵਾਏ ਗਏ ਨੇ। ਸਪੈਸ਼ਲੀ ਜੀ ਮੈਂ ਹੁਣ ਆਰਡਰ ਕੀਤੀ ਇੱਕ ਰਸ ਮਲਾਈ, ਫੇਸ ਕਰਕੇ ਦੱਸਦੀ ਹਾਂ ਜੀ ਕਿਹੋ ਜਿਹੀ ਹੈ। ਇੰਨੀ ਕੁ ਜ਼ਿਆਦਾ ਵਧੀਆ ਨਾ, ਸ਼ੂਗਰ ਨੂੰ ਬਿਲਕੁਲ ਜ਼ਿਆਦਾ ਲੋ ਲੱਗਿਆ ਗਿਆ। ਕਈ ਲੋਕ ਚਾਹੁੰਦੇ ਆ ਕਿ ਮੈਂ ਸ਼ੂਗਰ ਫ੍ਰੀ ਰਸ ਮਲਾਈ ਖਾਣੀ ਹੈ, ਸ਼ੂਗਰ ਫ੍ਰੀ ਮਿਠਾਈ ਖਾਣੀ ਹੈ, ਉਸਦਾ ਅਰੇਂਜ ਵੀ ਇਹਨਾਂ ਵੱਲੋਂ ਕਰਕੇ ਦਿੱਤਾ ਗਿਆ ਜੀ। ਇੱਥੋਂ ਦੀ ਖਾਸ ਗੱਲ ਮੈਂ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਾਂਗੀ ਜੀ, ਇੱਥੋਂ ਦੀ ਮੈਨੇਜਮੈਂਟ ਟੀਮ ਵੱਲੋਂ ਟਾਈਮ ਟੂ ਟਾਈਮ ਹਰੇਕ ਮਿਠਾਈ ਨੂੰ ਚੈੱਕ ਕੀਤਾ ਜਾਂਦਾ। ਅਗਰ ਲੱਗਦਾ ਉਸ 'ਚ ਕਿਸੇ ਪ੍ਰਕਾਰ ਦੀ ਕੋਈ ਮਤਲਬ ਠੀਕ ਨਹੀਂ ਹੈਗੀ ਹੈ, ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆ ਰਹੀ ਹੈ ਜਾਂ ਕਸਟਮਰ ਕੰਪਲੇਂਟ ਕਰੇਗਾ ਇਸ ਚੀਜ਼ ਨੂੰ ਲੈ ਕੇ, ਉਸ ਨੂੰ ਨਾਲ ਦੀ ਨਾਲ ਹੀ ਡਿਸਟਰੋਏ ਕੀਤਾ ਜਾਂਦਾ ਜੀ। ਲੱਡੂ ਵੀ ਇਹਨਾਂ ਵੱਲੋਂ ਡਿਫਰੈਂਟ ਤਰ੍ਹਾਂ ਦੇ ਅਵੇਲੇਬਲ ਕਰਵਾਏ ਗਏ ਨੇ, ਬੇਸਣ ਦੇ, ਮੋਤੀ ਚੂਰ ਦੇ ਜੀ, ਇਸ ਤੋਂ ਬਾਅਦ ਬੂੰਦੀ ਤੋਂ ਇਲਾਵਾ ਜੀ ਆਹ ਤਿਰੰਗਾ ਲੱਡੂ ਤੁਸੀਂ ਦੇਖ ਸਕਦੇ ਹੋ। ਲਓ ਜੀ, ਬਹੁਤ ਹੀ ਵਧੀਆ ਬੂੰਦੀ ਦੇ ਨਾਲ ਤੁਸੀਂ ਦੇਖ, ਕਿੰਨਾ ਕੁ ਜ਼ਿਆਦਾ ਕਿ ਹੱਥ 'ਚ ਫੜਦੇ ਨਾਲ ਹੀ ਹੋ ਰਿਹਾ, ਇਹ ਨਹੀਂ ਇਸ ਵਿੱਚ ਕੋਈ ਜਿਸ ਤਰ੍ਹਾਂ ਦੀ ਕੋਈ ਗੂੰਦ ਜਾਂ ਕੋਈ ਚਿਪਕੀ ਜਿਹੇ ਪਦਾਰਥ ਪਾਇਆ ਗਿਆ ਜਿਸ ਦੇ ਨਾਲ ਲੱਡੂ ਚਿਪਕ ਜਾਂਦਾ, ਬੰਦ ਰਹਿੰਦਾ, ਬਿਲਕੁਲ ਨਹੀਂ ਜੀ। ਦੇਸੀ ਘੀ ਦੇ ਵਿੱਚ ਬਣੀਆਂ ਮਿਠਾਈਆਂ ਦੀ ਅਲੱਗ ਹੀ ਖਾਸੀਅਤ ਹੁੰਦੀ ਹੈ ਅਤੇ ਅਲੱਗ ਹੀ ਪਹਿਚਾਣ ਹੁੰਦੀ ਹੈ। ਬਿਲਕੁਲ ਜੀ, ਆਉਣਾ ਨਾ ਭੁੱਲਣਾ ਚੰਡੀਗੜ੍ਹ ਸਵੀਟਸ, ਮੋਰਿੰਡਾ ਵਿਖੇ ਹੇਠਲੇ ਕੇ ਨੰਬਰਾਂ 'ਤੇ ਕਾਲ ਕਰੋ ਅਤੇ ਹੁਣੇ ਆਰਡਰ ਕਰੋ।